ਬਾਂਟਾ ਟੈਲੀਫੋਨ ਕੀ ਆਈ ਜਾਂਦਾ ਓਏ ਮਤਲਬ ਰਿਸ਼ਤੇਦਾਰਾਂ ਦਾ ਯਾਰ ਉਹਵੇਂ ਪਾਥਰੇ ਪੀਤੀ ਹੁੰਦੀ ਆ ਲੱਗ ਜਾਂਦੇ ਦੇ ਲਾਉਣਾ ਚੱਕ ਲਿਆ ਫੇਰ ਕੀ ਹੁੰਦਾ ਕੀ ਚੱਕਣਾ ਦਾ ਰੋਜ਼ ਦਾ ਕੰਮ ਆ ਯਾਰ ਲੈ ਫੇਰ ਆ ਗਿਆ ਤੂੰ ਮੈਨੂੰ ਫੜਾ ਮੈਂ ਕਰਾਂ ਲਾਜ ਜੇ ਦਵਾਰੇ ਆ ਯਾਰ ਲੈ ਗਰੰਟੀ ਆ ਮੇਰੀ ਅੱਛਾ ਹਾਂ ਲੈ ਯਾਰ ਮੇਰੇ ਕੋਲੇ ਪਸਾਵ ਨਾਲ ਗੱਲ ਕਰੀ ਹਸਾਬ ਨਾਲ ਕਰੂ ਮੇਰੇ ਕੋਲੇ ਪੱਕੇ ਲਾਜ ਆ ਸਾਰਿਆਂ ਦੇ ਫੋਨ ਨਾ ਆਲਿਆਂ ਦੇ ਹੈਲੋ ਹੈਲੋ ਕਿਵੇਂ ਹੋ ਅਸਲਾ ਵਧੀਆ ਵਧੀਆ ਸ਼ੇਰ ਆਪਦੀ ਦੇ ਗੱਲ ਹੋਰ ਪਰਿਵਾਰ ਠੀਕ ਆ ਸਾਰੇ ਵਧੀਆ ਤੁਸੀਂ ਸੁਣਾਓ ਆਪਣੇ ਵਧੀਆ ਕੰਜਾ ਜਿਹਾ ਬਾਹਲੀ ਵੱਡੀ ਉਮਰਾਂ ਯਾਦ ਹੀ ਕਰੀ ਜਾਂਦੇ ਸੀ ਕਿਵੇਂ ਮਸਲਾ ਉਹ ਬਸ ਮੈਂ ਤੇ ਬੰਤ ਬੈਠੇ ਸੀ ਕੋਈ ਵਿਵਸਥਾ ਜੀ ਪੈ ਗਈ ਯਾਰ 50,000 ਰੁਪਏ ਦੀ ਲੋੜ ਹੈ ਜੇ ਤੜਕੇ ਪਾਵੇਂ ਪੁੱਤ ਬਣ ਕੇ ਕਿਸੇ ਲੋਟ ਹੈਲੋ ਆਵਾਜ਼ ਨਹੀਂ ਆਉਂਦੀ ਇੱਧਰੋਂ ਤਾਂ ਆਉਂਦੀ ਆ ਸਾਰਾ ਸੁਣਦਾ ਆਉਂਦੀ ਕਿਉਂ ਨਹੀਂ 50,000 ਰੁਪਏ ਦੀ ਲੋੜ ਹੈ ਤੜਕੇ ਹੈਲੋ ਮਸਲਾ ਆਵਾਜ਼ ਨਹੀਂ ਆਉਂਦੀ ਰੇਂਜ 'ਚ ਨਹੀਂ ਹੈਗਾ ਮੈਂ ਅੱਛਾ ਰੇਂਜ ਘੱਟ ਇੱਥੇ ਹਾਂ ਹਾਂ ਘੱਟ ਆ ਰੇਂਜ ਜਮੇ ਨਹੀਂ ਸੁਣਦਾ ਹੁਣ ਆਵਾਜ਼ ਨਹੀਂ ਆਉਂਦੀ ਮਸਲਾ ਹੈਲੋ ਹੈਲੋ ਅੱਲਾ ਕਰਤਾ ਤਵੀਤ ਬੰਦੇ ਤਾਂ ਬੜੀ ਕਰੀ ਜਿਹੜੇ ਬੰਦਾ ਗੜੇ ਨਾ ਫੋਨ ਲਾ ਕੇ ਸਵਾਰ ਜੇ ਲਵੇ ਉੱਤੇ ਮੈਂ ਆਏ ਅਬ ਚਸ ਕੇ ਲਵੇ ਪਰ ਰੁਪਏ ਮੰਗ ਲਏ ਭਾਵਾਂ ਜੀ ਲੋੜ ਨਾ ਹੋਵੇ ਸਹੀ ਗੱਲ ਲੱਗਾ ਨਾ ਬਾਜ ਹੀ ਨਹੀਂ ਦੁਬਾਰੇ ਤੂੰ ਭੈਣ ਜਾ ਕੇ ਮਰਜ਼ੀ ਲਾ ਕੇ ਦੇਖ ਲੈ ਭਾਈ ਚੰਗਾ ਇਲਾਜ ਕਰਿਆ ਤੂੰ ਇਹਦਾ ਅੱਲਾ ਜੇ ਬੰਦਾ ਫੋਨ ਚੱਕ ਲੈ ਤੇਰਾ ਦੁਬਾਰੇ ਤੂੰ ਲਾਈ ਜਾਈ ਚੱਕਦਾ ਚੁੱਕਦਾ ਨਹੀਂ ਹੈ ਵੜ ਕੇ ਚਲਾ ਤੇ ਇਹ ਸਾਡੇ ਨਾਲ ਬੀਤੀਆਂ ਨੇ ਬਾ ਜਿਹੜਾ ਬੜਾ ਗੜੇ ਰੁਪਏ ਮੰਗ ਲਏ ਲੋੜ ਹੋਵੇ ਨਾ ਹੋਵੇ ਕਦੇ 20,000 ਰੁਪਇਆ ਦੇ ਫੇਰ ਨਹੀਂ ਫੋਨ ਪਾਣਾ ਹੁੰਦਾ ਕਿੱਡੀ ਗੂੜੀ ਰਿਸ਼ਤੇਦਾਰੀ ਆ ਸਹੀ ਗੱਲ ਹੈ मत कर ये है गांव के लोगों का देसी टैलेंट। यहां पर एक किसान खेत से जानवरों के लिए चारा काट कर लेकर जा रहा है और पूरी मोटरसाइकिल पे इसने चारा भरा हुआ है और आप लोग देख सकते हैं कैसे ये गाड़ी चला रहा है। और ये दूसरी वीडियो सोशल मीडिया पे बहुत ज्यादा वायरल हुई। यहाँ पर एक किसान साइकिल पे सामान लेकर जा रहा होता है लेकिन गली में कीचड़ भरा होता है और ये किसान बिना कीचड़ में उतरे पूरी गली देखिए कैसे पार कर देता है। और ये तीसरी वीडियो देखिए, यहाँ पर किसान सर पर गठरी रख के साइकिल चला रहा है, वो भी साइकिल को बिना हाथ लगाए हुए, और रोड पर इतने ज्यादा मोड़ है। सच में ये है गाँव के लोगों का देसी टैलेंट। His name is John C. And his name is John C. What?
बस निकली।